ਪਲੇ ਸਟੋਰ ਦੇ ਵਿੱਚ ਜਾ ਕੇ ਆਪਾਂ ਡੁਓਲਿੰਗੋ ਲਰਨਿੰਗ ਇੰਗਲਿਸ਼ ਫ੍ਰੀ ਆਪਾਂ ਐਪ ਨੂੰ ਡਾਊਨਲੋਡ ਕਰ ਲੈਣਾ। ਮੇਰੀ ਮੈਂ ਸਿਰਫ ਇਹਨੂੰ ਇੰਗਲਿਸ਼ ਸਿੱਖਣ ਦੇ ਲਈ ਨਹੀਂ ਬਲਕਿ ਹੋਰ ਵੀ ਕਈ ਜਿਹੜੇ ਹੈਗਾ ਸਿੱਖਣ ਵਾਸਤੇ ਕੀਤਾ ਹੈ। ਤਾਂ ਪਹਿਲਾਂ ਹੁਣ ਆਪਾਂ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਆਪਣੀ ਡੁਓਲਿੰਗੋ ਐਪ ਹੈ। ਹੁਣ ਇਹਨੂੰ ਆਪਾਂ ਓਪਨ ਕਰ ਲੈਂਦੇ ਹਾਂ। ਲੈਟਸ ਓਪਨ। ਆਪਣੀ ਡੁਓਲਿੰਗੋ ਐਪ ਆ ਓਪਨ ਹੋ ਗਈ। ਸੋ ਹੁਣ ਆਪਾਂ ਗੈਟ ਸਟਾਰਟਡ ਦੇ ਉੱਤੇ ਕਲਿੱਕ ਕੀਤਾ। ਕਲਿੱਕ ਕੀਤਾ ਹੈ ਹੁਣ ਦੇਖੋ ਇੱਧਰ ਕਿੰਨੀ ਸਾਰੀ ਲੈਂਗੁਏਜਿਸ ਆ ਗਈ। ਸਪੇਨ, ਫ੍ਰੈਂਚ, ਜਰਮਨ, ਇਟੈਲੀਅਨ, ਜੈਪਨੀਜ਼, ਚਾਈਨੀਜ਼, ਰਸ਼ੀਅਨ, ਕੋਰੀਅਨ, ਅਰੇਬਿਕ, ਜੁਟਿਕ, ਸਵੈਡਿਸ਼, ਨੋਰਵੇਜੀਅਨ, ਟਰਕਿਸ਼, ਪੋਲਿਸ਼, ਪੋਲਿਸ਼, ਰਿਸ਼, ਗ੍ਰੀਕ, ਹਰਬਿਊ, ਹਿੰਦੀ, ਪ੍ਰੇਸ, ਬਹੁਤ ਜ਼ਿਆਦਾ। ਦੇਖੋ ਇਹਦੇ ਵਿੱਚ ਆਪਾਂ ਨੂੰ ਬਹੁਤ ਸਾਰੀਆਂ ਲੈਂਗੁਏਜਿਸ ਮਿਲ ਸਕਦੀਆਂ ਹੈ। 28 ਪਲੱਸ ਲੈਂਗੁਏਜਿਸ ਹੁੰਦੀਆਂ ਇਹਦੀਆਂ। ਸੋ ਪਹਿਲਾਂ ਆਪਾਂ ਇਹਦੇ ਵਿੱਚ ਅੰਗਰੇਜ਼ੀ ਸਿੱਖਣ ਲਈ ਆਪਾਂ ਕਰ ਲੈਂਦੇ ਹਾਂ। ਤਾਂ ਇਹਨੂੰ ਹਿੰਦੀ ਤੋਂ ਅੰਗਰੇਜ਼ੀ ਵੀ ਇਹਦੇ ਵਿੱਚ ਆਪਸ਼ਨ ਹੈਗੀ ਆ ਵੀ ਹਿੰਦੀ ਤੋਂ ਵੀ ਆਪਾਂ ਅੰਗਰੇਜ਼ੀ ਸਿੱਖ ਸਕਦੇ ਹਾਂ। ਤੋਂ ਲੈਟਸ ਸਟਾਰਟ। ਆਪਕੋ ਹਮਾਰੇ ਬਾਰੇ ਮੇਂ ਕੈਸੇ ਪਤਾ ਚਲਾ। ਠੀਕ ਹੈ, ਤਾਂ ਇਹ ਹੈ ਕਿ ਆਪਕੋ ਹਮਾਰੇ ਬਾਰੇ ਮੇਂ ਕੈਸੇ ਪਤਾ ਚਲਾ। ਉਹਨਾਂ ਨੇ ਜੋ ਐਪ ਵਾਲੇ ਹੈ ਇਹ ਕੋਈ ਕੁਸ਼ਚਨ ਨਹੀਂ ਉਹਨਾਂ ਨੇ ਪੁੱਛਿਆ ਹੈ ਕਿ ਆਪਕੋ ਹਮਾਰੇ ਬਾਰੇ ਮੇਂ ਕੈਸੇ ਪਤਾ ਚਲਾ। ਤੋ ਆਪ ਇਸਮੇ ਸੇ ਕੁਛ ਵੀ ਕਰ ਸਕਤੇ ਹੋ। ਮੈਨੇ ਤੋ ਐਪ ਸਟੋਰ ਸੇ ਕਰ ਦਿਆ ਹੈ। ਤਬ ਆਪ ਇੰਗਲਿਸ਼ ਕਿਉਂ ਸਿੱਖਣਾ ਚਾਹਤੇ ਹੈ? ਸੰਸਕ੍ਰਿਤ ਕੇ ਬਾਰੇ ਮੇਂ ਜਾਣਨੇ ਕੇ ਲੀਏ, ਯਾਤਰਾ ਕਰਨੇ ਕੇ ਲੀਏ, ਦਿਮਾਗ ਕੇ ਇਸਤੇਮਾਲ ਕੇ ਲੀਏ, ਇਸਤੇਮਾਲ ਕੇ ਲੀਏ, ਪਰਿਵਾਰ ਔਰ ਦੋਸਤੋਂ ਕੇ ਲੀਏ, ਨੌਕਰੀ ਕੇ ਲੀਏ, ਪੜ੍ਹਾਈ ਕੇ ਲੀਏ। ਤੋ ਮੈਂ ਯਹਾਂ ਪਰ ਅਨਿਆ ਕਰੂੰਗੀ ਕਿਉਂਕਿ ਮੈਨੇ ਮੁਝੇ ਆਤੀ ਹੈ। ਮੈਨੇ ਤਾਂ ਬਸ ਆਪਕੋ ਬਤਾਨੇ ਕੇ ਲੀਏ ਕੀਆ ਹੈ। ਤਭੀ ਹਮੇਂ ਜਾਰੀ ਕਰੋ ਪਰ ਕਰਨਾ ਹੈ। ਜਾਰੀ ਕਰੋ ਪਰ ਹਮਨੇ ਕਲਿੱਕ ਕਰ ਦਿਆ। ਅਭੀ ਰੋਜ਼ ਕਾ ਹਮਨੇ ਕਿਤਨਾ ਟਾਈਮ ਇਸਮੇ ਕਰਨਾ ਹੈ ਵੋ ਭਰ ਦੋ। ਅਭੀ 10 ਮਿਨਟ ਕੀਆ ਹੈ ਮੈਨੇ, 5 ਮਿਨਟ ਕੀਆ ਹੈ। ਅਭੀ ਜਾਰੀ ਕਰੋ ਪਰ। ਤੋ ਅਭੀ ਅੰਗਰੇਜ਼ੀ ਲੇਵਲ ਜਾਣਨੇ ਮੇਂ ਹਮਾਰੀ ਮਦਦ ਕਰੇਂ। ਯੇ ਹੈ ਕਿ ਆਪਣੇ ਪਹਿਲੇ ਸੇ ਹੀ ਆਪਕੋ ਕੁਛ ਨਹੀਂ ਆਤਾ ਹੈ, ਆਪਣੇ ਆਦੀ ਸੇ ਸ਼ੁਰੂ ਕਰਨਾ ਹੈ। ਮੁਝੇ ਆਤਾ ਹੈ, ਮੈਨੇ ਨਹੀਂ ਸਿੱਖਣਾ ਥਾ, ਮੈਂ ਆਦੀ ਸੇ ਕਰੂੰਗੀ। ਤੋ ਜਾਰੀ ਰੱਖੇ। ਜਲਦੀ ਆਗੇ ਬੜਨੇ ਕੇ ਲੀਏ ਟੈਸਟ ਦੇ। ਤਾਂ ਮੈਂ ਟੈਸਟ ਦੇਣਾ ਹੈ, ਕੈਂਸਲ ਕਰੇ ਨਹੀਂ ਕਰਨਾ, ਟੈਸਟ ਦੇ ਦੇਤੇ ਇੱਕ ਵਾਰ। ਅਗਰ ਹਮ ਟੈਸਟ ਦੇਂਗੇ ਤੋ ਹਮਾਰਾ ਭਲਾ ਹੋਗਾ ਕਿਉਂਕਿ ਫਿਰ ਵੋ ਹਮਾਰੇ ਲੈਵਲ ਕੇ ਹਿਸਾਬ ਸੇ ਪੜ੍ਹੇਂਗੇ। ਏਕ ਲੜਕਾ अ बॉय, अ बॉय आएगा तो वो बोल भी रहे हैं बहुत अच्छे। नीचे आपको रिमार्क भी मिलेगा। आई एम अ बॉय नॉट अ गर्ल। ओके, आई एम अ बॉय अ गर्ल। तो ये देखिए सही मतलब, मैं एक लड़का हूँ, लड़की नहीं। आई लाइक टू डांस एवरी डे। मुझे नाचना पसंद है हर दिन। नहीं, मुझे हर दिन नाचना पसंद है। तो ये हमारा गलत हो गया। हॉट टी एंड कोल्ड वाटर। ओ, गरम चाय और ठंडा पानी। ये देखिए ये हमारा बढ़िया है। 1, 2, 3. One, these. एक दो तीन भरना था, मुझे कंफ्यूजन हो गई। तुम एक लड़के हो। You are a boy. तो ये सही है हमारा। Cold water. Cold water. Water.